ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਇਹ ਸਾਡਾ ਜਲੰਧਰ ਦਾ ਰਾਮਾ ਮੰਡੀ ਦਾ ਪੁੱਲ ਹੈ ਜੀ, ਇਹ ਬਣ ਚੁੱਕਾ ਹੋਇਆ ਜੀ ਫਲਾਈਓਵਰ। ਇਹ ਬਣਨ ਦੇ ਨਾਲ ਬੜਾ ਸੁੱਖ ਹੋ ਗਿਆ ਜੀ, ਨਹੀਂ ਤਾਂ ਇੱਥੇ ਕਾਫੀ ਜਾਮ ਰਹਿੰਦਾ ਸੀ ਲੱਗਾ ਹੋਇਆ। ਅਤੇ ਇਹ ਹੁਣ ਪੂਰਨ ਤੌਰ 'ਤੇ ਬਣ ਚੁੱਕਾ ਹੋਇਆ, ਹੁਣ ਗੱਡੀ ਬਿਲਕੁਲ ਜੀ ਬਿਨ ਬ੍ਰੇਕੋਂ ਚੜ੍ਹਦੀ ਹੈ ਅਤੇ ਉੱਤਰ ਜਾਂਦੀ ਹੈ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ ਜੀ। ਅਸੀਂ ਜਾ ਰਹੇ ਹਾਂ ਜੀ ਦਿੱਲੀ ਪ੍ਰੋਗਰਾਮ 'ਤੇ, ਅਤੇ ਰਾਤ ਦਾ ਕੀਰਤਨ ਹੈ ਜੀ। ਸਮਾਂ ਆਲਮੋਸਟ 12:30 ਹੋ ਚੁੱਕੇ ਹੋਏ ਆ, ਅਤੇ ਰਾਤੀ 8 ਵਜੇ ਦਾ ਕੀਰਤਨ ਹੈ ਜੀ। ਆਲਮੋਸਟ ਸਾਡੇ ਕੋਲ 8 ਘੰਟੇ 7.5 ਘੰਟੇ ਹੈਗੇ ਆ। ਹਾਂਜੀ ਬਿਲਕੁਲ ਇਨਫ ਹੈ, ਹਾਂਜੀ ਆਸ ਕਰਦੇ ਹਾਂ ਜੀ ਇਨਾਫ ਹੀ ਹੋਣਗੇ। ਸਾਡੇ 8:30 ਸਮਾਂ ਹੈ ਜੀ, ਅਤੇ 8 ਘੰਟੇ ਹੈਗੇ ਸਾਡੇ ਕੋਲ। ਅਤੇ ਬਾਕੀ ਜੀ ਹੁਣੇ ਮੈਂ ਗੱਲ ਕੀਤੀ ਸੀਗੀ ਕਿ ਪੁੱਲ ਬਣ ਗਿਆ ਹੋਇਆ, ਉਹਦਾ ਤਾਂ ਰਸ਼ ਬਿਲਕੁਲ ਨਿਕਲ ਚੁੱਕਾ ਹੋਇਆ। ਉਹ ਥੋੜ੍ਹਾ ਜਿਹਾ ਅੱਗੇ ਇੱਥੇ ਮਾੜਾ ਜਿਹਾ ਜਾਮ ਫਿਰ ਮਿਲ ਗਿਆ ਸਾਨੂੰ ਪੁੱਲ ਦੇ ਉੱਤਰਦਿਆਂ ਸਾਰ ਹੀ। ਖੈਰ ਕੋਈ ਗੱਲ ਨਹੀਂ, ਇਹ ਵੀ ਕਲੀਅਰ ਹੋ ਜਾਏਗਾ। ਅਤੇ ਅੱਛੀਆਂ ਆ ਫਲਾਈਓਵਰਸ ਵਗੈਰਾ ਬਣਨ ਦੇ ਨਾਲ ਕਾਫੀ ਸਹੂਲਤ ਹੋ ਚੁੱਕੀ ਹੋਈ ਹੈ। ਅਤੇ ਬਸ ਅੱਗੇ ਫਗਵਾੜਾ ਅਤੇ ਇੱਕ ਅੱਧ ਮੇਰੇ ਖਿਆਲ ਲੁਧਿਆਣੇ ਰਹਿੰਦਾ ਫਲਾਈਓਵਰ ਬਣਨਾ, ਅਤੇ ਜਦੋਂ ਉਹ ਬਣ ਗਿਆ ਤਾਂ ਫਿਰ ਆਲਮੋਸਟ ਸਾਡਾ 1/2 ਘੰਟਾ ਹੋਰ ਬਚ ਜਾਇਆ ਕਰੇਗਾ ਜੀ। ਬਿਲਕੁਲ, ਬਾਕੀ ਟਾਈਮ ਲੱਗਦਾ ਹੁੰਦਾ ਹਰ ਚੀਜ਼ ਨੂੰ। ਅਤੇ ਬਾਕੀ ਬਣ ਰਹੇ ਆ ਪੁੱਲ, ਹੁਣ ਸੜਕਾਂ ਅੱਛੀਆਂ ਹੋ ਰਹੀਆਂ ਅਤੇ ਜਲਦੀ ਬਣ ਵੀ ਜਾਣਗੇ ਪੁੱਲ। ਚਲੋ ਜੀ ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਇਟਾ ਕੈਸਲ ਅਸੀਂ ਇੱਥੇ ਆਏ ਸੀਗੇ ਜੀ, ਸਾਡਾ ਇੱਕ ਬਲਬ ਫਿਊਜ ਹੋ ਗਿਆ ਜੀ। ਇਹ ਆ ਜਿਹੜਾ ਬਲੌਗਿੰਗ ਬਲਬ ਹੈ ਜੀ, ਇਹ ਬੜੇ ਕੰਮ ਆਉਂਦਾ ਜੀ ਸਾਡੇ। ਅਤੇ ਜ਼ਿਆਦਾ ਇਹਦੇ ਤੋਂ ਕੰਮ ਲਿਆ ਹੋਇਆ ਅਤੇ ਉਹ ਫਿਊਜ ਹੀ ਹੋ ਗਿਆ ਵਿਚਾਰਾ। ਅਤੇ ਇਹ ਹੁਣ ਨਵਾਂ ਬਲਬ ਲਵਾਵਾਂਗੇ ਜਲਦੀ ਉਹਦੀ। ਅੱਜ ਵਰਕਸ਼ਾਪ ਬੰਦ ਸੀ ਦੇ ਕਰਕੇ, ਹਾਂ ਅੱਜ ਵਰਕਸ਼ਾਪ ਇਹ ਬੰਦ ਸੀਗੀ, ਅਸੀਂ ਗਏ ਸੀ ਅਤੇ ਉਹ ਕਹਿੰਦੇ ਜੀ ਅੱਜ ਵਰਕਸ਼ਾਪ ਬੰਦ ਹੈ ਅਤੇ ਸ਼ੋਰੂਮ ਖੁੱਲ੍ਹਾ ਹੋਇਆ। ਖੈਰ ਅਤੇ ਕੱਲ੍ਹ ਆ ਜਾਵਾਂਗੇ ਦੁਬਾਰਾ, ਕਿਉਂਕਿ ਬਲਬ ਤਾਂ ਹੁਣ ਲਵਾਉਣਾ ਪੈਣਾ, ਨਹੀਂ ਤਾਂ ਫਿਰ ਲਾਈਟ ਨਹੀਂ ਆਏਗੀ ਪ੍ਰੋਪਰ ਰਾਤ ਨੂੰ। ਧੰਨਵਾਦ। ਉਸ ਦਿਨ ਮੈਂ ਪੁੱਛਿਆ ਸੀਗਾ ਕਿ ਗੱਡੀ ਦੇ ਵਿੱਚ ਖਾਣ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਰੱਖੀਏ, ਅਤੇ ਕਾਫੀ ਪਿਆਰ ਵਾਲਿਆਂ ਦੇ ਨਾ ਕਮੈਂਟਸ ਆਏ ਬਈ, ਕਈਆਂ ਨੇ ਕਿਹਾ ਵੀ ਛੋਲੇ ਰੱਖ ਲਓ, ਕਈਆਂ ਨੇ ਕਿਹਾ ਡਰਾਈ ਫਰੂਟ ਰੱਖ ਲਓ, ਅਤੇ ਈਵਨ ਕਈਆਂ ਨੇ ਵੀ ਮਿਠਾਈ ਦਾ ਵੀ ਕਿਹਾ ਵੀ ਮਖਾਣੇ ਰੱਖ ਲਓ, ਮਿਠਾਈ ਵੀ ਰੱਖ ਲਓ, ਪੇਠਾ ਰੱਖ ਲਓ ਅਤੇ ਫਰੂਟ ਰੱਖ ਲਓ। ਅਤੇ ਮੈਂ ਫਿਰ ਅੱਜ ਅਸੀਂ ਇੱਕ ਪਹਿਲਕਦਮੀ ਕੀਤੀ ਹੈ, ਅਸੀਂ ਛੋਲੇ ਰੱਖ ਲਏ ਹੋਏ ਆ ਜੀ। ਇਹ ਆਹ ਦੇਖੋ ਜੀ ਛੋਲੇ, ਪੁਰਾਣੀ ਆਈਟਮ ਹੈ ਅਤੇ ਇਹ ਸ਼ੂਗਰ ਫਰੀ ਹੈ ਜੀ, ਅਤੇ ਇਹ ਅਸੀਂ ਰੱਖ ਲਏ ਹੋਏ ਨੇ। ਇਹ ਅਸੀਂ ਘਰੋਂ ਲੈ ਕੇ ਆਏ ਜੀ, ਘਰੋਂ ਲੈ ਕੇ ਆਏ ਹਾਂ। ਦੇਖੋ ਜੀ ਸੇਬ ਰੱਖ ਲਏ ਹੋਏ ਆ ਜੀ, ਛੋਲੇ ਰੱਖ ਲਏ ਹੋਏ ਨੇ, ਅਤੇ ਮੇਰੇ ਖਿਆਲ ਇਨਫ ਹੈ। ਜੇ ਕਿਤੇ ਅੱਗੇ ਜਾ ਕੇ ਲੋੜ ਪਈ ਤਾਂ ਥੋੜ੍ਹਾ ਬਹੁਤਾ ਹੋਰ ਫਰੂਟ ਆਪਾਂ ਚੱਕ ਲਿਆ ਕਰਾਂਗੇ, ਅਤੇ ਫਿਲਹਾਲ ਦੀ ਕੜੀ ਇੰਨਾ ਬਹੁਤ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਕਮੈਂਟਸ ਵਗੈਰਾ ਕਰਦੇ ਹੋ, ਬੜੀ ਖੁਸ਼ੀ ਹੁੰਦੀ ਹੈ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਥੋੜ੍ਹੇ ਬਹੁਤੇ ਜਿੰਨੇ ਹੋ ਸਕਣ ਮੈਂ ਪੜ੍ਹ ਸਕਾਂ ਤੁਹਾਡੇ ਕਮੈਂਟਸ, ਅਤੇ ਮੇਨ ਮੈਂ
चार पांच कमेंट मैं सात अठ पढ़ भी लैंदा हुंदा कमेंट सारे नहीं पढ़ हुंदे पर जिन्ने भी मैं पढ़े है कमेंट्स बड़ा धन्यवाद तुहाडा तुसीं प्यार बहुत बख्शिश करदे हो आ देखो जी आ मोटरसाइकिल वाला केएल केरला तो आया जी आ जड़ा ए आ बंदा अगला तमिलनाडु तो ओ तमिलनाडु तो बड़ी दूरों दूरों आए लोग ये मेरे ख्याल लद्दाख वगैरह गए हो ना बड़ी लंबी जर्नी है हाँ देखो जी तमिलनाडु साउथ से जाना इन्होंने पूरा इंडिया पूरा इंडिया ट्रैवल करना जी इन्होंने लोगों ने देखो कमाल है यार मोटरसाइकिल के उत्ते ही इंडिया गाई तुरे जाते हैं ये गाई तुरे जाते हैं तो असं गाई तुरे जाते ये गाई तुरी जाते हैं असं गाई तुरी जाने हूँ ये गाई गाई के बहुत फर्क है साढ़े साडा गाई तो उन्होंने गाई के बहुत फर्क है समझ तुम गए हो ना कैमरा भी लाया ना हाँ गोपरो कमाल आ देखो जी गोपरो लाया जी इन्हें उपर ही सिर ते इन्हें अपना नंबर भी दसिया है जी राजेश उन्हें नंबर लिखा ओ पॉजिटिव लिखा जे कल कि रब ना करे कोई एक्सीडेंट छोटा मोटा हो जाता तो लोगों को पता होना चाहिए भी यदा जोड़ा ग्रुप हैगा ब्लड ग्रुप है वह पॉजिटिव है अच्छी सोच है सिंह साहब जी गड्डी चो बाहर निकले हुए ने आनंद लै रहे वाह जी अद्धा राह पार हो गया अद्धा राह पार हो गया अंबाले पहुंच गया है अपने गुलाब का जामुन लो जी ड्राइवर चेंज ने भाजी आ गए ने ड्राइविंग सीट पे अब हम सारथी बन गए असि पहुंच चुके हुए हैं जी दिल्ली मेरी थोड़ी जी अख लग गई सी क्योंकि ड्राइविंग वेली मैं थोड़ा जहा अखा भारिया होनी शुरू हो गई सी मेरे ख्याल मूरथल तो बाद फिर अमनजोत सिंह ड्राइविंग फड़ा दिती गई तो उस तो बाद मेरी थोड़ी अख लग गई मैं अद्धा कु घंटा सुता होवगा कि नहीं अद्धा घंटा अख लगी है जी सो हूँ असी दिल्ली एंटर कर चुके हुए हैं जी अज कीर्तन का समा है जी ऑलमोस्ट 8:30 बजे तुहानू पहला दसिया जी तो बाकी चलो तुहानू कीर्तन सुनाने जी वाहेगुरू जी का खालसा वाहेगुरू जी की फतेह दुबई दी खजूरा ला लिया जी असी वाह वाह दिल्लियों एक होना सी ना खावांगे ये तो तू ही फिर अनबॉक्सिंग करती जिदा पाकिस्तान तो आई सी ओ नाल दियां एक कीमिया डेट्स वाह वाह वो दुबई दुबई दा माल है उत्थों बहुत आंदी है ये चलो जी ओ भाई रिलैक्स हो गए ने थोड़ा ना सिर पीड़ा होने लग पिया सीगा अच्छा
ਤੇ ਤਾਂ ਮੈਂ ਕਿਹਾ ਵੀ ਦਸਤਾਰ ਨਾ ਥੋੜੀ ਹਲਕੀ ਕਰ ਲਈਏ ਨਹੀਂ ਵਧੀਆ ਸਫਰ ਚ ਫਿਰ ਸਫਰ ਹੈ ਨਾ ਟਾਈਟਨੈਸ ਹੋ ਜਾਂਦੀ ਨਾ ਸਫਰ ਹੁਣ ਸਵੇਰ ਦੀ ਪੱਗ ਬੰਨੀ ਹੋਈ ਹੈ ਤੇ ਕੰਨ ਵੀ ਦਰਦ ਕਰਨ ਲੱਗ ਪੈਂਦੇ ਆ ਤੇ ਸਿਰ ਵੀ ਦੁਖਣ ਲੱਗ ਪੈਂਦਾ ਤੇ ਤਾਂ ਕਰਕੇ ਨਾ ਥੋੜਾ ਜਿਹਾ ਛੋਟੀ ਦਸਾਰ ਬੰਨ ਲਈ ਜਾਵੇ ਨਾ ਤੇ ਸਫ਼ਰ ਥੋੜ੍ਹਾ ਜਿਹਾ ਆਸਾਨ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਜਪੁਰੇ ਪਹੁੰਚ ਗਏ ਹੋਏ ਹਾਂ ਜੀ ਅਤੇ ਇੱਥੇ ਇੱਕ ਛੋਟਾ ਜਿਹਾ ਢਾਬਾ ਅਤੇ ਪ੍ਰਸ਼ਾਦਾ ਬੜਾ ਸਵਾਦ ਬਣਾਉਂਦੇ ਨੇ ਇਹ ਆਪਾਂ ਪਹਿਲਾਂ ਬੜਾ ਪੁਰਾਣਾ ਤੁਹਾਨੂੰ ਵਿਖਾਇਆ ਹੋਇਆ ਵੀ ਅਸੀਂ ਕਦੀ ਕਦਾਈ ਜਦੋਂ ਸਾਡਾ ਮਨ ਕਰੇ ਨਾ ਵੀ ਵੀ ਖੈਰ ਭੁੱਖ ਦੀ ਗੱਲ ਆ ਵੀ ਇੱਥੇ ਕਰਕੇ ਭੁੱਖ ਲੱਗਣੀ ਸੀਗੀ ਰਾਜਪੁਰੇ ਦੇ ਕੋਲ ਆ ਕੇ ਅਤੇ ਅਸੀਂ ਕਿਹਾ ਵੀ ਚਲੋ ਆਪਾਂ ਇੱਥੇ ਜਾ ਕੇ ਰੋਟੀ ਖਾਵਾਂਗੇ ਅਤੇ ਇੱਥੇ ਦੀ ਦਾਲ ਫੁਲਕਾ ਬਹੁਤ ਸਵਾਦ ਹੁੰਦਾ ਜੀ ਅਤੇ ਆਓ ਤੁਹਾਨੂੰ ਲੈ ਕੇ ਚੱਲੀਏ ਰਾਤ ਦੇ ਡੇਢ ਵੱਜ ਚੁੱਕੇ ਹੋਏ ਆ ਅਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਫੇਸ ਥਕਾਵਟ ਭਰਪੂਰ ਨੀਂਦ ਭਰਪੂਰ ਅਤੇ ਭੁੱਖ ਵੀ ਭਰਪੂਰ ਲੱਗੀ ਹੋਈ ਹੈ ਭਾਈ ਸੁਸਤੀ ਪੈਣੀ ਜਾਇਜ਼ ਨਹੀਂ ਹੈ ਫਿਰ ਤਾਂ ਅਤੇ ਜੇ ਭੁੱਖ ਲੱਗੀ ਹੋਵੇ ਨਾ ਤਾਂ ਫਿਰ ਬੰਦਾ ਭੁੱਖ ਵਾਲਾ ਤਾਂ ਕੰਮ ਜ਼ਰੂਰੀ ਹੈ ਨਾ ਭੁੱਖ ਭੱਜੇ ਫਿਰਦੇ ਹਾਂ ਸਫ਼ਰ ਸਫ਼ਰ ਕਰ ਕਰਕੇ ਇੱਥੇ ਆ ਕੇ ਬੈਠੇ ਨੇ ਇਹ ਵੀ ਕੁਰਸੀਆਂ ਲੱਗ ਰਹੀ ਹੈ ਐਂ ਲੱਗਦਾ ਮੈਂ ਮੈਂ ਥੋੜ੍ਹਾ ਜਿਹਾ ਖੜਾ ਹੋਇਆ ਸੀ ਨਾ ਮੈਨੂੰ ਇੱਦਾਂ ਲੱਗਾ ਭੁਚਾਲ ਆ ਰਿਹਾ ਇੱਦਾਂ ਇੱਦਾਂ ਮਹਿਲੀ ਆ ਰਿਹਾ ਵਾਹ ਇਹ ਹੈ ਜੀ ਉਹ ਸਪੈਸ਼ਲ ਦਾਲ ਮੇਰੇ ਬਾਰੇ ਅਕਸਰ ਜ਼ਿਕਰ ਕੀਤਾ ਜਾਂਦਾ ਹੈ ਤਾਜ਼ੀ ਤਾਜ਼ੀ ਹਾਂਜੀ ਭਾਅ ਜੀ ਤਾਜ਼ੀ ਤਾਜ਼ੀ ਹਾਂਜੀ ਭਾਅ ਜੀ ਲਓ ਵੀ ਮੱਖਣ ਮਾਰ ਕੇ ਰੋਟੀ ਤਿੱਖਾ ਹੈ ਕਿ ਗਰਮ ਹੈ ਉਹ ਤੁਹਾਡਾ ਦੋਨੇ ਹੀ ਨਹੀਂ ਲੱਗਣਾ